मैं तो तीजा चक्कर हो गया थे आंदियां नूं। गवर्नमेंट ये कहती भी तुम गड्डियां चलानियां बंद करो, गधे खच्चर ले लो घोड़े, उन्हें तो बह के आया करो, ना चलान होणगे ना पब्लिक तंग होएगी। भगवंत मान जी अगे यही बेनती है भी कानून चेंज करो, नहीं तो आप लाइन च लग के साडे चलान छड़ाओ। बंदे ना रिश्वत क्यों देंदे आ, ये मतलब इन्हां दा सिस्टम प्रमोट करता, होर कोई नहीं करता हैगा वा। कोई नहीं सुनवाई हैगी, इत्थे आ देखो टाइयां ला ला खड़े ने, भुगती जांदे ने। मैं भी कल टाई ला के आवांगा, मैं भी भुगत लांगा। मतलब जिहड़े टाई ला के आ रहे काम कर रहे हो, होना किसे दा नहीं होना। उत्थे दो तीन घंटे हो गए मैनूं खड़े होए, पहले मतलब एक काउंटर ते कोई काम ही नहीं हुंदा, पहले उत्थे जाओ फिर उत्थे जाओ। ते वकीलां नूं स्पैशल राइट्स दित्ते आ, उहनां दी कोई लाइन नहीं हैगी। ਜਿਹੜਾ ਇਹ ਦਿੱਲੀ ਪ੍ਰੋਜੈਕਟ ਦੀ ਗੱਲ ਕਰਦੇ, ਦਿੱਲੀ ਦਿੱਲੀ ਅੱਗੇ ਵਧ ਗਿਆ ਤੇ ਪੰਜਾਬ ਪਿੱਛੇ ਰਹਿੰਦਾ ਜਾ ਰਿਹਾ। ਮੈਡਮ ਦਿੱਲੀ ਦਾ ਪਤਾ ਨਹੀਂ ਸਾਨੂੰ, ਪੰਜਾਬ ਦਾ ਪਤਾ, ਪੰਜਾਬ 'ਚ ਤਾਂ ਹਲੇ ਕੁਛ ਵੀ ਨਹੀਂ ਹੋਇਆ ਵਾ। ਸਰਵਰ ਵੀ ਸੁਣਿਆ, ਸੁਣਨ 'ਚ ਜਿੱਦਾਂ ਆ ਰਿਹਾ ਉਹ ਵੀ ਡਾਊਨ ਰਹਿੰਦੇ ਹਮੇਸ਼ਾ। ਸਰਵਰ ਤਾਂ ਮੈਨੂੰ ਇਹਨਾਂ ਦੇ ਹੱਥ 'ਚ ਜਦੋਂ ਮਰਜ਼ੀ ਡਾਊਨ ਹੋ ਜਾਊ। ਅਸੀਂ ਮੌਜੂਦ ਹਾਂ ਕਚਹਿਰੀ ਡੀਟੀਓ ਆਫਿਸ ਦੇ ਵਿੱਚ, ਜਿੱਥੇ ਦੇਖੋਗੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਦਿਖਾਈ ਦੇ ਰਹੇ ਨੇ ਤੇ ਲੋਕ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲਗਾ ਕੇ ਖੜੇ ਨੇ। ਕਿਹਾ ਜਾ ਰਿਹਾ ਕਿ ਪਿਛਲੇ 3 ਹਫ਼ਤੇ ਤੋਂ ਇੱਥੇ ਸਰਵਰ ਡਾਊਨ ਹੈ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈੱਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ। ਇਸ ਵੇਲੇ ਅਸੀਂ ਮੌਜੂਦ ਹਾਂ ਕਚਹਿਰੀ ਡੀਟੀਓ ਆਫਿਸ ਦੇ ਵਿੱਚ, ਜਿੱਥੇ ਦੇਖੋਗੇ ਹਾਲਾਤ ਜਿਹੜੇ ਨੇ ਕਾਫੀ ਜ਼ਿਆਦਾ ਖਰਾਬ ਦਿਖਾਈ ਦੇ ਰਹੇ ਨੇ ਤੇ ਲੋਕ ਇੱਥੇ ਲੰਬੀਆਂ ਲੰਬੀਆਂ ਲਾਈਨਾਂ ਲਗਾ ਕੇ ਖੜੇ ਨੇ। ਕਿਹਾ ਜਾ ਰਿਹਾ ਕਿ ਪਿਛਲੇ 3 ਹਫ਼ਤੇ ਤੋਂ ਇੱਥੇ ਸਰਵਰ ਡਾਊਨ ਹੈ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਬਿਲਕੁਲ ਅੱਜ ਅਸੀਂ ਇੱਥੇ ਪਹੁੰਚੇ ਹਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ, ਕਿਉਂਕਿ ਲਗਾਤਾਰ ਇਸ ਨੂੰ ਲੈ ਕੇ ਗੱਲਬਾਤ ਵੀ ਕੀਤੀ ਜਾਂਦੀ ਹੈ ਤੇ ਅੱਜ ਡੀਟੀਓ ਆਫਿਸ ਅਸੀਂ ਪਹੁੰਚੇ ਹਾਂ ਕਿ ਕਿਸ ਤਰ੍ਹਾਂ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਤੇ ਸਰਵਰ ਡਾਊਨ ਹੋਣ ਤੋਂ ਬਾਅਦ ਇੱਥੇ ਇੰਨੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਲੋਕ ਇੱਥੇ ਆਉਂਦੇ ਨੇ ਆਪਣੇ ਕੰਮ ਕਾਰ ਛੱਡ ਕੇ, ਤੇ ਇਸ ਤੋਂ ਬਾਅਦ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀ ਨਾਮ ਅੰਗਲ ਤੁਹਾਡਾ? ਪਰਮਜੀਤ ਸਿੰਘ। ਕੀ ਕਹਿਣਾ ਚਾਹੋਗੇ, ਕਿੰਨੀ ਦੇਰ ਦੇ ਇੱਥੇ ਖੜੇ ਹੋ? ਮੈਨੂੰ ਤਾਂ ਤੀਜਾ ਚੱਕਰ ਹੋ ਗਿਆ ਇੱਥੇ ਆਉਂਦਿਆਂ ਨੂੰ, ਕੋਈ ਨਹੀਂ ਸੁਣਵਾਈ ਹੈਗੀ ਇੱਥੇ। ਆਹ ਦੇਖੋ ਟਾਈਆਂ ਲਾ ਲਾ ਖੜੇ ਨੇ, ਭੁਗਤੀ ਜਾਂਦੇ ਨੇ। ਮੈਂ ਵੀ ਕੱਲ੍ਹ ਟਾਈ ਲਾ ਕੇ ਆਵਾਂਗਾ, ਮੈਂ ਵੀ ਭੁਗਤ ਲਾਂਗਾ। ਮਤਲਬ ਜਿਹੜੇ ਟਾਈ ਲਾ ਕੇ ਆ ਰਹੇ ਕੰਮ ਕਰ ਰਹੇ ਹੋ, ਹੋਣਾ ਕਿਸੇ ਦਾ ਨਹੀਂ ਹੋਣਾ। ਆਮ ਜਨਤਾ, ਇਹ ਸਾਨੂੰ ਭਗਵੰਤ ਮਾਨ ਜੀ ਅੱਗੇ ਇਹੀ ਬੇਨਤੀ ਹੈ ਵੀ ਕਾਨੂੰਨ ਚੇਂਜ ਕਰੋ, ਨਹੀਂ ਤੇ ਆਪ ਲਾਈਨ 'ਚ ਲੱਗ ਕੇ ਸਾਡੇ ਚਲਾਣ ਛਡਾਓ। ਨਹੀਂ ਤੇ ਆਮ ਜਨਤਾ ਇੱਥੇ ਖੜੀ ਤੇ ਉਹਨਾਂ ਦਾ ਕਿਉਂ ਨਹੀਂ ਹੋ ਰਿਹਾ? ਪਹਿਲਾਂ ਕਦੋਂ ਦੇ ਖੜੇ ਸਵੇਰ? ਉਹ ਛਦਾਈ ਨੇ ਜੀ, ਪਾਗਲ ਨੇ, ਉਹ ਪੜੇ ਨਹੀਂ ਹੈਗੇ। ਅੱਛਾ, ਹਾਂ ਅਸੀਂ ਸਕੂਲੇ ਹੁਣ ਜਾਵਾਂਗੇ, ਤਾਈ ਮਿਲੇਗੀ ਉੱਥੇ ਸਕੂਲ ਵਾਲੀ, ਫਿਰ ਲਾ ਕੇ ਆਵਾਂਗੇ ਇੱਥੇ। ਤੇ ਜਿਹੜੀ ਆਮ ਆਦਮੀ ਪਾਰਟੀ ਆਮ ਜਨਤਾ ਲਈ ਬਣੀ ਸੀ, ਕੀ ਫਿਰ ਉਸ ਤੋਂ ਬਾਅਦ? ਇਹ ਪਾਰਟੀ ਦੇ ਵਧੀਆ ਕਾਨੂੰਨ ਨੇ ਕਿਤੇ ਚੇਂਜ ਕਰਦੇ ਪਏ, ਇਹਨਾਂ ਨੂੰ ਕਰਨਾ ਚਾਹੀਦਾ। ਜੇ ਪਾਰਟੀ ਨੇ, ਇਹਨਾਂ ਨੇ ਪਾਰਟੀ ਨੂੰ ਪਾਈਆਂ ਵੋਟਾਂ, ਹੋਰ ਕਿਸੇ ਨੂੰ ਨਹੀਂ ਪਾਈਆਂ। ਇਹਨਾਂ ਨੂੰ ਕਰਨਾ ਚਾਹੀਦਾ, ਇਹ ਆਪ ਸੋਚਣ ਪੜੇ ਲਿਖੇ ਨੇ। ਤੇ ਉਸ ਤੋਂ ਬਾਅਦ ਜਿਹੜੇ ਇਦਾਂ ਦਾ ਆਮ ਲੋਕਾਂ ਦੇ ਨਾਲ ਨਾ ਇਨਸਾਫੀ ਜਿਹੜੀ ਹੁੰਦੀ ਪਈ ਹੈ, ਜਾਂ ਫਿਰ ਆਪਣੀਆਂ ਜਨਾਨੀਆਂ ਨਾਲ ਲਿਆ ਕਰਾਂਗੇ ਇੱਥੇ, ਲਾਈਨ 'ਚ ਨਾ ਲੱਗਿਆ ਕਰਾਂਗੇ, ਉਹਨਾਂ ਨੂੰ ਲਾ ਦਿਆ ਕਰਾਂਗੇ। ਸਹੀ ਗੱਲ, ਫਿਰ ਕੰਮ ਹੋ ਜਾਊਗਾ ਜਲਦੀ? ਫਿਰ ਜਲਦੀ ਹੋਏਗਾ, ਕਿਉਂਕਿ ਤਾਂ ਜਲਦੀ ਜਨਾਨੀ ਦੀ ਹੈ, ਹੋਰ ਕਿਸੇ ਜਲਦੀ ਨਹੀਂ। ਬਸ ਹੋਰ ਕੀ ਕਹਿਣਾ ਚਾਹੁੰਦੇ ਹੋ ਕਿ ਇਦਾਂ ਦੀਆਂ ਚੀਜ਼ਾਂ 'ਚ ਹੁੰਦੀਆਂ ਨੇ, ਆਮ ਜਨਤਾ ਨੂੰ ਕੁਝ ਨਹੀਂ ਸਮਝ ਰਹੇ? ਗਵਰਨਮੈਂਟ ਇਹ ਕਹਿੰਦੀ ਵੀ ਤੁਸੀਂ ਗੱਡੀਆਂ ਚਲਾਉਣੀਆਂ ਬੰਦ ਕਰੋ, ਗਧੇ ਖੱਚਰ ਲੈ ਲਓ ਘੋੜੇ, ਉਹਨੇ ਤਾਂ ਬਹਿ ਕੇ ਆਇਆ ਕਰੋ, ਨਾ ਚਲਾਣ ਹੋਣਗੇ ਨਾ ਪਬਲਿਕ ਤੰਗ ਹੋਏਗੀ। ਕੀ ਨਾਮ ਤੁਹਾਡਾ? ਮੈਮ ਗੌਰਵ ਹੈਗਾ। ਕਿੰਨੀ ਦੇਰ ਦੇ ਖੜੇ ਹੋ? ਮੈਡਮ ਇੱਥੇ 2-3 ਘੰਟੇ ਹੋ ਗਏ ਮੈਨੂੰ ਖੜੇ ਹੋਏ, ਪਹਿਲੇ ਮਤਲਬ ਇੱਕ ਕਾਊਂਟਰ ਤੇ ਕੋਈ ਕੰਮ ਹੀ ਨਹੀਂ ਹੁੰਦਾ, ਪਹਿਲੇ ਉੱਥੇ ਜਾਓ ਫਿਰ ਉੱਥੇ ਜਾਓ, ਮਤਲਬ ਆਮ ਬੰਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਲੈਣਾ 'ਚ ਹੀ ਖੜਾ ਰਹਿੰਦਾ ਵਾ। ਠੀਕ ਹੈ ਮੈਮ, ਮੈਮ ਕਹਿੰਦੇ ਆਮ ਆਦਮੀ, ਆਮ ਆਦਮੀ, ਅਸੀਂ ਆਮ ਆਦਮੀ ਹੈ ਤੇ ਵਕੀਲਾਂ ਨੂੰ ਸਪੈਸ਼ਲ ਰਾਈਟਸ ਦਿੱਤੇ ਆ, ਉਹਨਾਂ ਦੀ ਕੋਈ ਲਾਈਨ ਨਹੀਂ ਹੈਗੀ ਆ, ਕੋਈ ਲਾਈਨ ਨਹੀਂ ਹੈਗੀ ਮੈਮ, ਸਾਡੇ ਨਾਲ ਸਾਡੇ ਮਗਰ ਖੜਨਾ ਚਾਹੀਦਾ ਵਾ, ਐਦਾਂ ਕਾਹਨੂੰ ਕਰਦੇ ਆ ਮੈਡਮ? ਤੇ ਜਿੱਦਾਂ ਕਹਿ ਰਹੇ ਹੋ ਆਮ ਆਦਮੀ ਦੇ ਲਈ ਆਮ ਆਦਮੀ ਪਾਰਟੀ ਬਣੀ ਸੀ, ਤੇ ਉਸ ਤੋਂ ਪਹਿਲਾਂ ਜਿੱਦਾਂ ਸਰਕਾਰਾਂ ਸੀ ਉਸ ਟਾਈਮ ਵੀ ਇਹੋ ਜਿਹਾ ਹਾਲ ਸੀਗੇ, ਹੁਣ ਤੇ ਮੈਡਮ ਫਿਰ ਆਪਾਂ ਉਸ ਟਾਈਮ ਵੀ ਇਹੋ ਜਿਹਾ ਹੁਣ ਜ਼ਿਆਦਾ ਹੋਇਆ? ਮੈਂ ਫਸਟ ਟਾਈਮ ਆਇਆ ਵਾਂ ਵੈਸੇ, ਠੀਕ ਹੈ ਨਾ ਮੈਮ? ਆਮ ਆਦਮੀ ਪਾਰਟੀ ਨੂੰ ਵੋਟ ਕਿਉਂ ਪਾਈ ਸੀ? ਉਹ ਕਹਿ ਰਹੇ ਸੀਗੇ ਤੁਹਾਡੇ ਲਾਇਸੈਂਸ ਤੱਕ ਘਰੇ ਬਣਨਗੇ, ਤੁਹਾਡੇ ਚਲਾਨ ਤੱਕ ਘਰੇ ਮਤਲਬ ਹੋਣਗੇ ਸਾਰਾ ਕੁਝ। ਮੈਮ ਅੱਜ ਨਾ ਮਤਲਬ ਪੂਰਾ ਇੰਡੀਆ ਡਿਜੀਟਲ ਹੋ ਚੁੱਕਾ, ਪਰ ਸਾਡੇ ਨਾ ਚਲਾਨ ਵੀ ਹਲੇ ਮਤਲਬ ਲੱਗਦਾ ਆਪਾਂ 50 ਸਾਲ ਪਿੱਛੇ ਰਹਿ ਰਹੇ ਹਾਂ। ਮਤਲਬ ਜਿਹੜਾ ਇਹ ਦਿੱਲੀ ਪ੍ਰੋਜੈਕਟ ਦੀ ਗੱਲ ਕਰਦੇ, ਦਿੱਲੀ ਦਿੱਲੀ ਅੱਗੇ ਵਧ ਗਿਆ ਤੇ ਪੰਜਾਬ ਪਿੱਛੇ ਰਹਿੰਦਾ ਜਾ ਰਿਹਾ? ਮੈਡਮ ਦਿੱਲੀ ਦਾ ਪਤਾ ਨਹੀਂ ਸਾਨੂੰ, ਪੰਜਾਬ ਦਾ ਪਤਾ, ਪੰਜਾਬ 'ਚ ਤਾਂ ਹਲੇ ਕੁਛ ਵੀ ਨਹੀਂ ਹੋਇਆ ਵਾ। ਇਸ ਟਾਈਮ ਵੀ ਡੀਟੀ ਆਫਿਸ ਦੇ ਧੱਕੇ ਖਾਣੇ ਪੈ ਰਹੇ ਆ ਮੈਡਮ? ਦੇਖ ਹੀ ਰਹੇ ਹੋ ਤੁਸੀਂ, ਦੇਖੋ ਮੈਮ ਲੋਕੀ ਮੈਮ ਆਪਣਾ ਨਾ ਮਤਲਬ ਟਾਈਮ ਦੇਖੋ ਕਿੰਨਾ ਵੇਸਟ ਕਰ ਰਿਹਾ ਇੱਥੇ ਆ ਕੇ, ਮਤਲਬ ਇੱਕ ਤਾਂ ਮੈਮ ਚਲਾ ਪੈਸੇ ਵੀ ਦੇ ਰਹੇ ਆ, ਉੱਪਰੋਂ ਟਾਈਮ ਵੀ ਵੇਸਟ ਕਰ ਰਿਹਾ ਮੈਡਮ। ਇਹਨਾਂ ਕੰਟਰੀ ਪੰਜਾਬ ਨੂੰ ਲੋਸ ਹੋ ਰਿਹਾ, ਹੋਰ ਕਿਸੇ ਨੂੰ ਨਹੀਂ ਲੋਸ ਹੋ ਰਿਹਾ ਵਾ। ਕੀ ਕਹਿਣਾ ਚਾਹੋਗੇ ਇਹ ਜਿਹੜੇ ਡੀਟੀ ਆਫਿਸ ਦੇ ਹਾਲਾਤ ਨੂੰ ਦੇਖਦੇ? ਮੈਡਮ ਬਹੁਤ ਮਾੜੇ ਹਾਲਾਤ ਹੈਗੇ ਆ, ਮੈਂ ਸਵੇਰੇ 10 ਵਜੇ ਦਾ ਆਇਆ ਹੋਇਆ ਇੱਥੇ, 12 ਵਜੇ ਨਾਲੇ ਹੋ ਗਏ ਹਜੇ ਤੱਕ, ਇਹ ਦੇਖ ਲਓ ਜੇ ਪੈਸੇ ਲੈਣ ਵਾਸਤੇ ਇੱਥੇ ਫਿਰ ਦੁਬਾਰਾ ਲਾਈਨ 'ਚ ਲੱਗਣਾ ਪਿਆ, ਪਹਿਲਾਂ ਉਹ ਪਿੱਛੇ ਤੋਂ ਉੱਥੇ ਤੱਕ ਲਾਈਨ 'ਤੇ ਆਏ, ਹੁਣ ਦੂਜੀ ਲਾਈਨ ਦੇ ਵਿੱਚ ਅੱਧਾ ਘੰਟਾ ਪੌਣਾ ਘੰਟਾ ਹੋ ਗਿਆ ਖੜਿਆ ਨੂੰ। ਤੇ ਸਰਵਰ ਵੀ ਸੁਣਿਆ, ਸੁਣਨ 'ਚ ਜਿੱਦਾਂ ਆ ਰਿਹਾ ਉਹ ਵੀ ਡਾਊਨ ਰਹਿੰਦੇ ਹਮੇਸ਼ਾ? ਸਰਵਰ ਤਾਂ ਮੈਂ ਇਹਨਾਂ ਦੇ ਹੱਥ 'ਚ ਜਦੋਂ
ਜਦੋਂ ਮਰਜ਼ੀ ਡਾਊਨ ਹੋ ਜਾਵੇ। ਉਹ ਤਾਂ ਮੈਡਮ ਆਪ ਹੀ ਡਾਊਨ ਕਰ ਦੇਣੇ ਆ ਸਰਵਰ, ਤੁਹਾਨੂੰ ਪਤਾ ਹੀ ਆ। ਹੁਣ ਦੇਖ ਲਓ ਹੁਣ ਵਕੀਲਾਂ ਨਾਲ ਇਹਨਾਂ ਦੀ ਮਿਲੀ ਜੁਲੀ ਹੋਣੀ, ਇਹਨਾਂ ਨੇ ਸਰਵਰ ਆਪ ਹੀ ਡਾਊਨ ਵਗੈਰਾ ਕਰ ਦੇਣੇ ਹੈਗੇ ਆ, ਕਿਉਂਕਿ ਮੈਡਮ ਸਾਰਾ ਕੁਛ ਸਿਸਟਮ ਤਾਂ ਇਹਨਾਂ ਦੇ ਹੱਥ ਹੀ ਹੁੰਦਾ ਨਾ। ਦੇਖੋ ਮੈਮ ਕਿੱਦਾਂ, ਦੇਖ ਲਓ ਮੈਮ ਆਮ ਬੰਦਾ ਕਿੱਥੇ ਖੜਾ ਵਾ, ਵਕੀਲ ਕਿੱਥੇ ਖੜੇ ਆ। ਮੈਡਮ ਸਪੈਸ਼ਲ ਰਾਈਟਸ ਕੋਈ ਮਤਲਬ ਕੰਸਟੀਟਿਊਸ਼ਨ 'ਚ ਥੋੜ੍ਹੀ ਰਾਈਟ ਮੈਂਸ਼ਨ ਹੈਗੇ ਕਿ ਨਹੀਂ ਉਹਨਾਂ ਨੂੰ ਸਪੈਸ਼ਲ ਰਾਈਟ ਮਿਲੂਗੇ? ਮੈਡਮ ਇਹ ਤਾਂ ਮਤਲਬ ਉਹ ਬਣਾਇਆ ਹੋਇਆ ਇੱਕ ਤਰੀਕੇ ਦਾ ਟ੍ਰੇਡ ਸਿਸਟਮ, ਵਪਾਰ ਬਣਾਇਆ ਹੋਇਆ ਬਣਾਇਆ ਜੀ, ਗਰੋਹ ਬਸ ਪੈਸੇ ਲੁੱਟਣ ਦਾ ਗਰੋਹ ਬਣਾਇਆ ਹੋਇਆ ਸਾਰਾ ਕੁਝ। ਜਿਹੜੇ ਹਿਸਾਬ ਨਾਲ ਮਤਲਬ ਇਹਨਾਂ ਦਾ ਚਲਾਨ ਦਾ ਸਿਸਟਮ ਹੈਗਾ ਵਾ, ਉਸ ਮੈਮ ਬੰਦੇ ਨਾ ਰਿਸ਼ਵਤ ਕਿਉਂ ਦਿੰਦੇ ਆ? ਇਹ ਮਤਲਬ ਇਹਨਾਂ ਦਾ ਸਿਸਟਮ ਪ੍ਰਮੋਟ ਕਰਦਾ, ਹੋਰ ਕੋਈ ਨਹੀਂ ਕਰਦਾ ਹੈਗਾ ਵਾ। ਮੈਮ ਬੰਦਾ ਕਿਉਂ ਪੁਲਿਸ ਵਾਲੇ ਨੂੰ ਰਿਸ਼ਵਤ ਦਿੰਦਾ ਵਾ, ਕਿਉਂ ਦਿੰਦਾ? ਉਹਨੂੰ ਪਤਾ ਵਾ ਇੱਥੇ ਆਵਾਂਗੇ, ਇੱਥੇ ਆ ਕੇ ਤਿੰਨ ਚਾਰ ਘੰਟੇ ਪਹਿਲੇ ਲਾਈਨਾਂ 'ਚ ਖੜੋ, ਪੈਸੇ ਵੀ ਦੇਣੇ ਹੈਗੇ ਆ, ਚਲਾਨ ਦੇ ਪੈਸੇ ਵੀ ਦੇਣੇ ਆ, ਆਪਣੀ ਦਿਹਾੜੀ ਦਾ ਵੀ ਨੁਕਸਾਨ ਕਰੇ। ਉਹ ਤਾਂ ਚੰਗਾ ਬੰਦਾ ਕਹਿੰਦਾ ਪੁਲਿਸ ਵਾਲੇ ਨੂੰ ਦੇ ਦਿਉ, ਫਿਰ ਗਵਰਨਮੈਂਟ ਪ੍ਰਮੋਟ ਕਰ ਰਹੀ ਹੈ ਨਾ, ਹੋਰ ਕੋਈ ਥੋੜ੍ਹੀ ਕਰ ਰਿਹਾ। ਇਹ ਤੋਂ ਚੰਗਾ ਔਨਲਾਈਨ ਸਿਸਟਮ ਹੁੰਦਾ ਤਾਂ ਬੰਦਾ ਪਹਿਲੀ ਪੇ ਕਰ ਦਿੰਦਾ, ਤੇ ਮੈਮ ਗਵਰਨਮੈਂਟ ਨੂੰ ਔਨਲਾਈਨ ਸਿਸਟਮ ਕਰਨਾ ਚਾਹੀਦਾ ਵਾ ਇਹਦਾ। ਕੀ ਨਾਮ ਸਰ ਤੁਹਾਡਾ? ਮੇਰਾ ਸਤਵੀਰ ਸਿੰਘ। ਕੀ ਕਹਿਣਾ ਚਾਹੋਗੇ ਸਰ, ਜੋ ਹਾਲਾਤ ਇੰਨੇ ਲਗਾਤਾਰ ਤੁਸੀਂ ਦੇਖ ਹੀ ਰਹੇ ਆ, ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ, ਪਹਿਲਾਂ ਇੱਕ ਲਾਈਨ ਦੇ ਵਿੱਚ ਜਾਓ, ਫਿਰ ਉਧਰੋਂ ਆ ਕੇ ਦੂਜੀ ਲਾਈਨ ਦੇ ਵਿੱਚ ਆਓ, ਮਤਲਬ ਖੱਜਖਵਾਰੀ ਹੋ ਰਹੀ ਹੈ। ਮਤਲਬ ਜਿਹੜੇ ਵਕੀਲ ਨੇ ਉਹਨਾਂ ਦੇ ਤੁਸੀਂ ਕਹਿ ਰਹੇ ਹੋ ਕੰਮ ਉਹਨਾਂ ਦੇ ਪਹਿਲੇ ਹੋ ਰਹੇ, ਬਿਨਾਂ ਲਾਈਨ ਤੋਂ ਖੜੇ ਹੈਗੇ ਆ, 30-30 35-35 ਚਲਾਨ ਉਹਨਾਂ ਦੇ ਕੋਲ ਇਕੱਠੇ ਫੜਾਉਂਦੇ ਆ, ਔਰ ਬੜੇ ਆਰਾਮ ਨਾਲ ਫੜ ਲੈਂਦੇ ਉਹਨਾਂ ਦੇ ਕੋਲੋਂ। ਤੇ ਜਿਹੜੀ ਆਮ ਜਨਤਾ? ਆਮ ਜਨਤਾ ਤੁਸੀਂ ਦੇਖੋ ਕੀ ਹਾਲ ਹੋਇਆ, ਕਿੰਨੇ ਵਜੇ ਆਏ ਹੋ ਤੁਸੀਂ? ਅਸੀਂ 10 ਵਜੇ ਦੇ ਆਏ ਹਾਂ। ਆਪਣਾ ਕੰਮ ਛੱਡ ਕੇ ਤੁਸੀਂ ਸਾਰੇ ਇੱਥੇ ਮੌਜੂਦ ਹੈਗੇ? ਬਿਲਕੁਲ ਬਿਲਕੁਲ ਬਿਲਕੁਲ। ਇੱਕ ਵਾਰੀ ਕੋਨੇ ਕੈਮਰੇ ਪਰਸਨ ਨੂੰ ਕਹੂੰਗੀ ਕਿ ਸਾਰੀਆਂ ਇੱਕ ਵਾਰ ਤਸਵੀਰਾਂ ਦਿਖਾਣਗੇ ਕਿ ਲਾਈਨਾਂ ਕਿੰਨੀਆਂ ਲੱਗੀਆਂ ਹੋਈਆਂ ਨੇ, ਕਿੰਨੀ ਦੂਰੋਂ ਲੋਕ ਇੱਥੇ ਆਉਂਦੇ ਨੇ ਆਪਣਾ ਕੰਮ ਘਰ ਛੱਡ ਕੇ, ਤੇ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਆਮ ਲੋਕਾਂ ਨੂੰ। ਸੋ ਲਗਾਤਾਰ ਜਿਵੇਂ DTO ਆਫਿਸ ਦੀਆਂ ਇਸ ਵੇਲੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਸਰਕਾਰੀ ਜਿਹੜੀ ਹੈ ਦਫ਼ਤਰਾਂ ਦੀ ਪੋਲ ਖੁੱਲਦੀ ਹੋਈ ਨਜ਼ਰ ਆਉਂਦੀ ਹੈ। ਜੇ ਅਸੀਂ ਗੱਲ ਕਰੀਏ DTO ਆਫਿਸ ਦੇ ਮੇਨ ਗੇਟ ਦੀ, ਤੁਸੀਂ ਮੇਰੇ ਪਿੱਛੇ ਦੇਖੋਗੇ ਮੇਨ ਗੇਟ ਹੈਗਾ ਇੱਥੇ, ਤੇ ਮੇਨ ਗੇਟ ਜਿਹੜਾ ਹੈ ਬੰਦ ਕੀਤਾ ਹੋਇਆ, ਤੇ ਲੋਕਾਂ ਨੂੰ ਕਿੰਨੀਆਂ ਇੱਥੇ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ। ਜੇ ਤੁਹਾਨੂੰ ਮੈਂ ਇੱਕ ਵਾਰ ਖੋਲ ਕੇ ਵੀ ਦਿਖਾਵਾਂ ਤਾਂ ਦੇਖੋਗੇ ਤੁਸੀਂ ਬੰਦ ਕੀਤਾ ਹੋਇਆ ਗੇਟ ਨੂੰ ਬਿਲਕੁਲ ਹੀ, ਤੇ ਜਿਹੜੇ ਲੋਕ ਨੇ ਕਿੰਨੇ ਖੱਜਲ ਹੁੰਦੇ ਨੇ, ਤੇ ਉਹਨਾਂ ਨੂੰ ਕਾਫੀ ਪਿੱਛੋਂ ਘੁੰਮ ਕੇ ਆਉਣਾ ਪੈਂਦਾ, ਤੇ ਕਾਫੀ ਜਿਹੜਾ ਹੈ ਪਰੇਸ਼ਾਨੀਆਂ ਦਾ ਜਿਹੜਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ। ਜਿਹੜੇ ਆਹ ਦੇਖੋਗੇ ਤੁਸੀਂ ਟ੍ਰੈਫਿਕ ਦੇ ਜਿਹੜੇ ਚਲਾਨ ਲੱਗੇ ਹੋਏ ਨੇ, ਉਹਦਾ ਬੋਰਡ ਦੇਖੋਗੇ ਕਿਸ ਤਰ੍ਹਾਂ ਪਿਆ, ਮਤਲਬ ਇਹ ਚੀਜ਼ ਦੇਖਿਆ ਜਾ ਰਿਹਾ ਹੈ ਕਿ ਜਿਹੜੇ DTO ਆਫਿਸ ਹੈ, ਜਿਹੜਾ ਸਰਕਾਰੀ ਦਫ਼ਤਰ ਹੈਗਾ, ਉਹ ਅੱਜ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਜਿਹੜਾ ਗਿਰਦਾ ਹੋਇਆ ਨਜ਼ਰ ਆ ਰਿਹਾ। ਸੋ ਬਿਲਕੁਲ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ, ਕਾਫੀ ਜ਼ਿਆਦਾ ਖੱਜਲ ਹੁੰਦੇ ਲੋਕ ਜਿਹੜੇ ਦਿਖਾਈ ਦੇ ਰਹੇ ਨੇ ਇੱਥੇ। ਕਿਹਾ ਜਾ ਰਿਹਾ ਕਿ ਸਾਡਾ ਕੰਮ ਟਾਈਮ 'ਤੇ ਨਹੀਂ ਹੁੰਦਾ, 10-10 ਵਜੇ ਲੋਕ ਇੱਥੇ ਅੱਗੇ ਖੜੇ ਨੇ ਜਦੋਂ ਆਫਿਸ ਖੁੱਲਦਾ ਹੈ, ਅਤੇ ਸਰਵਰ ਦੀ ਜੇ ਅਸੀਂ ਗੱਲ ਕਰੀਏ ਸਰਵਰ ਵੀ ਇੱਥੇ ਡਾਊਨ ਹੈਗਾ, ਅਤੇ ਇੱਥੋਂ ਜਿਹੜੇ ਇੰਚਾਰਜ ਨੇ DTO ਦਫ਼ਤਰ ਦੇ ਇੰਚਾਰਜ ਨਰਿੰਦਰ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ, ਅਸੀਂ ਉਹਨਾਂ ਦੇ ਵੱਲੋਂ ਇਹੀ ਚੀਜ਼ ਕਹੀ ਗਈ ਹੈ, ਸਰਵਰ ਤਾਂ ਡਾਊਨ ਹੈਗਾ ਪਰ ਉਸਨੂੰ ਲੈ ਕੇ ਆਪਾਂ ਜਿਹੜਾ ਚੰਡੀਗੜ੍ਹ ਮੇਲ ਭੇਜੀ ਹੋਈ ਉਸਨੂੰ ਲੈ ਕੇ ਤਾਂ ਕੋਈ ਜਵਾਬ ਨਹੀਂ ਆਇਆ, ਅਤੇ ਉਸ ਤੋਂ ਬਾਅਦ ਵੀ ਹਜੇ ਇਹ ਵੀ ਚੀਜ਼ ਕਹੀ ਗਈ ਹੈ ਕਿ ਹੁਣ ਘੰਟਾ ਜਿਹੜਾ ਵਧਾ ਦਿੱਤਾ ਜਾਏਗਾ ਕੰਮ, ਅਤੇ ਜਿਹੜੀ ਸਾਫ਼ ਸਾਫ਼ ਗੱਲ ਕਹੀ ਗਈ ਉਹਨਾਂ ਦੇ ਵੱਲੋਂ, ਉਹਨਾਂ ਦੇ ਮੂੰਹੋਂ ਕਹੀ ਗਈ ਹੈ ਆਫ ਕੈਮਰਾ ਕਹੀ ਗਈ ਹੈ ਚੀਜ਼ਾਂ ਇਹ ਗੱਲਾਂ, ਅਤੇ ਉਸ ਤੋਂ ਬਾਅਦ ਹੁਣ ਦੇਖਣਾ ਇਹ ਹੋਏਗਾ ਕਿ ਸਰਵਰ ਦੇ ਬਾਰੇ ਤਾਂ ਕੋਈ ਗੱਲ ਨਹੀਂ ਹੋਈ ਕਿ ਸਰਵਰ ਡਾਊਨ ਠੀਕ ਵੀ ਹੁੰਦਾ ਜਾਂ ਨਹੀਂ, ਘੰਟਾ ਕਿ ਵਿਹਲੇ ਬੈਠ ਕੇ ਜਾਂਦੇ ਨੇ ਲੋਕ ਜਾਂ ਫਿਰ ਇੱਦਾਂ ਹੀ ਖੱਜਲ ਹੋਣਾ ਪੈਂਦਾ ਉਹਨਾਂ ਨੂੰ। ਇਸ ਨੂੰ ਲੈ ਕੇ ਕੀ ਕਹਿਣਾ ਤੁਹਾਡਾ, ਸਾਨੂੰ ਜ਼ਰੂਰ ਦੱਸਿਓ, ਅਤੇ ਇੱਦਾਂ ਹੀ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨਸ। ਕੈਮਰਾ ਪਰਸਨ ਕਰਨ ਦੇ ਨਾਲ ਮੈਂ ਨਿਧੀ ਵਰਮਾ।